ਸਲਾਮ ਵਾਲੇਕਮ ਦੋਸਤੋ ਤੁਸੀਂ ਦੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਫੈਸਲ ਜੋਈਆ ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰੋ ਪ੍ਰੈਸ ਤਾਂਕ ਸਾਡੀ ਲੇਟੈਸਟ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਸਾਡੇ ਵੀਰਾਂ ਤੱਕ ਬਾਸਾਨੀ ਪਹੁੰਚ ਸਕੇ ਦੋਸਤੋ ਅੱਜ ਇਸ ਅਨਮੋਲ ਚੈਨਲ ਤੇ ਆਪਣੇ ਵੀਰਾਂ ਲਈ ਦੋ گاਵਾ ਦੀ ਵੀਡੀਓ ਲੈ ਕੇ ਆਏ ਆ ਦੋਨੇ ਜਨਾਬ ਜਰਸੀ ਤੇ ਫਰੀਜ਼ਨ ਦਾ ਕਰਾਸ ਨੇ ਦੂਸਰਾ ਦੂਸਰਾ ਸੁਹਾ ਸੁਈਆਂ ਨੇ ਇੱਕ ਨੂੰ ਜਨਾਬ ਅੱਜ ਦੂਸਰਾ ਤੀਸਰਾ ਦਿਨੇ ਸੂਈ ਨੂੰ ਇੱਕ ਬਿਲਕੁਲ ਤਾਜ਼ਾ ਸੂਈ ਹੈ ਜੇਰ ਪਾ ਲਈਏ ਬੜਾ ਹਾਲੇ ਤੱਕ ਨਹੀਂ ਕੱਢਿਆ ਜਿਹੜੀ ਬਿਲਕੁਲ ਤਾਜ਼ਾ ਸੂਈ ਹੈ ਉਹਦੇ ਪਿੱਛੇ ਬੱਛੀ ਹੈਗੀ ਏ ਜਿਹੜੀ ਜਨਾਬ 2-3 ਦਿਨ ਦੀ ਜਾਂ 3-4 ਦਿਨ ਦੀ ਸੂਈ ਹੈ ਉਹਦੇ ਪਿੱਛੇ ਵੱਛਾ ਗਿਆ ਹੈ ਕੈਮਰਾਮੈਨ ਸਭ ਦੋਨੇ ਜਾਨਵਰ ਦਿਖਾਉਂਦੇ ਨੇ ਉਸ ਤੋਂ ਬਾਅਦ ਸਾਰੀ ਗੱਲਬਾਤ ਕਰਨੇ ਆ ਮਾਲਕਾਂ ਦੇ ਨਾਲ ਗਾ ਨੰਬਰ 1 ਜਿਹੜੀ ਜਨਾਬ ਕੈਮਰੇ ਦੀ ਨਜ਼ਰ ਹੈ ਜਰਸੀ ਤੇ ਫਰੀਜ਼ਨ ਦਾ ਕਰਾਸ ਹੈ ਦੂਸਰਾ ਸੁਆ ਸੁਈਏ ਬਿਲਕੁਲ ਤਾਜ਼ਾ ਸੁਈਏ ਪਿੱਛੇ ਵੱੱਛੀ ਹੈਗੀਏ ਔਰ ਮਾਸ਼ਾਅੱਲਾ ਥਣ ਹਵਾਨਾ ਬੜਾ ਲਾਜਵਾਬ ਲੱਗਿਆ ਵੈੜ ਨੂੰ ਮੱਝ ਆਲਾ ਥਣ ਲੱਗਿਆ ਹੈ ਦੂਸਰਾ ਸੁਆ ਇਹ ਵੈੜ ਸੁਈਏ ਚਾਰ ਚਾਰ ਉਂਗਲ ਸਿੰਘ ਨੇ ਦੋਨਾਂ گاਵਾਂ ਨੂੰ ਜਨਾਬ ਚਾਰ ਚਾਰ ਉਂਗਲ ਸਿੰਘ ਹੈਗਾ ਔਰ ਮਾਸ਼ਾਅੱਲਾ نسل ਜ਼ਾਤ ਬੜੀ achhi ਹੈਗੀਏ ਕੈਮਰਾਮੈਨ ਸਾਹਿਬ ਜਰਾ ਤਸੱਲੀ ਦੇ ਨਾਲ ਜਾਨਵਰ ਦਿਖਾਓ ਤੁਸੀਂ ਭਾਈ ਜੀ ਉਰਾ ਆਜੋ ਗਾਂ ਨਰੇਕੇ ਜਿਹੜੀ ਕੈਮਰੇ ਦੀ ਨਜ਼ਰ ਹੈ ਬਿਲਕੁਲ ਜਨਾਬ ਤਾਜ਼ਾ ਸੂਈ ਹੈ ਜੇਰ ਗਾਂ ਨੇ ਪਾਲੀ ਹੈ ਬੱਛੀ ਜਨਾਬ ਕੈਮਰਾਮੈਨ ਸਾਹਿਬ ਦਿਖਾ ਰਹੇ ਨੇ ਕੈਮਰਾਮੈਨ ਸਾਹਿਬ ਜਰਾ ਤਸੱਲੀ ਨਾਲ ਜਾਨਵਰ ਦਿਖਾਓ ਤੇ ਮੈਂ ਗੱਲਬਾਤ ਕਰ ਲੈਣਾ ਮਾਲਕਾਂ ਦੇ ਨਾਲ ਅਸਲਾਮੁਅਲੈਕਮ ਭਾਈ ਜੀ ਵੈਲਕਮ ਸਲਾਮ ਭਾਈ ਜੀ ਕੀ ਹਾਲ ਹੈ ਠੀਕ ਠਾਕ ਤਬੀਅਤ ਸਤ ਠੀਕ ਠਾਕ ਹੈ ਮਨ ਅੱਲਾ ਦਾ ਜਿਹੜੀ ਗਾਂ ਕੈਮਰਾਮੈਨ ਦਿਖਾ ਰਹੇ ਗਾਂ ਆਪਣੀ ਭਾਈ ਜਾਨ ਕਿੰਵਾਂ ਸੂਆ ਸੂਈ ਹੈ ਤੇ ਕਿੰਨੀ ਕੁ ਦੇਰ ਹੋ ਗਈ ਸੂਈ ਇਹ ਦੂ ਤੇ ਘੰਟਾ ਕੋ ਪੌਣਾ ਘੰਟਾ ਹੋ ਗਿਆ ਇਸ ਨੂੰ ਘੰਟਾ ਜਾਂ ਪੌਣਾ ਘੰਟਾ ਹੋ ਗਿਆ ਸੂਈ ਨੂੰ ਜੇਰ ਗਾਂ ਨੇ ਪਾ ਲਈ ਜੇਰ ਗਾਂ ਨੇ ਪਾ ਲਈ ਬੋਲਾ ਹਾਲੇ ਤੱਕ ਨਹੀਂ ਬੋਲਾ ਨਹੀਂ ਕੱਢਿਆ ਹਾਲੇ ਤੱਕ ਜੇਰ ਸੁੱਟ ਦिती ਏ ਠੀਕ ਹੋ ਗਿਆ ਜੀ ਤੁਹਾਡੇ ਸਾਹਮਣੇ ਖੜੋਤੀ ਨਜ਼ਰਾਂ ਪਹਿਲੇ ਸੂਏ ਦਾ ਇਹਦਾ ਦੁੱਧ ਆ ਕੀ ਰਿਕਾਰਡ ਹੈ ਨਾਮ ਕੀ ਭਰਾ ਦਾ ਮੁਹੰਮਦ ਸਲੀਮ ਮੁਹੰਮਦ ਸਲੀਮ ਸਲੀਮ ਭਾਈ 2 ਲੀਟਰ ਪਹਿਲੇ ਸੂਏ ਕਰਦੀ ਰਹੀਗੀ 18 ਤੋਂ 20 ਸਾਰਾ ਦੁੱਧ ਜਾਂ ਬੱਚੇ ਨੂੰ ਛੱਡ ਕੇ ਬੱਚੇ ਨੂੰ ਛੱਡ ਕੇ ਬੱਚੇ ਨੂੰ ਛੱਡ ਕੇ 18 ਤੋਂ 20 ਚੋਂਦੇ ਰਹੇ ਉਹ ਪਹਿਲੇ ਸੋਏ ਪਹਿਲੇ ਸੋਏ ਉਹਨੇ ਦੂਸਰਾ ਸੋਈਏ ਥਾਣ ਬਾਨ ਦੀ ਆਪਣੀ ਗਰੰਟੀ ਹੋਏਗੀ ਠੀਕ ਹੋ ਗਿਆ ਜੀ ਇਹ ਤਾਂ ਹੁਣ ਤੂ ਗਈ ਇਹਦਾ ਤਾਂ ਰੋਲਾ ਹੀ ਕੋਈ ਨਹੀਂ ਰੋਲਾ ਹੀ ਕੋਈ ਨਹੀਂ ਹੈਗਾ ਉਹਦਾ ਥਾਨ ਲੱਗਿਆ ਚੋਂ ਵੀ ਐਵੇਂ ਕਿਵੇਂ ਸਹੀ ਹੋ ਗਿਆ ਚੱਲ ਪਈ ਅੱਛਾ ਕਿੰਨੇ ਪੈਸੇ ਨੇ ਤੇ ਮੁਹੱਬਤ ਪਿਆਰ ਵਾਲੇ ਜਿਹੜੇ ਆਪਾਂ ਲੈਣੇ ਨੇ ਇਹਦਾ 1 ਲੱਖ 2,70,000 ਰੁਪਏ ਫਾਈਨਲ ਇਹ ਤਾਂ ਉਹ ਮੰਗਣ ਨੂੰ 3 ਲੱਖ ਸਲੀਮ ਭਾਈ ਗਾਂ ਪਾ ਵੇਚਣੀ ਵੇਚਣ ਵਾਸਤੇ ਇਹ ਮੁੱਲ ਕੀਤਾ ਨੇ ਤਿੰਨ ਵੀ ਮੰਗਨੇ ਆ ਕਿਧਰੇ ਕਾਰੀ ਸਾਹਿਬ ਦੇ ਜਿਹੜੇ ਕਲਰ ਨੇ ਕਲਰ ਜਿਹੜੇ ਅੱਜ ਕੱਲ੍ਹ ਆਵਾਮ ਕਰਦੀ ਏ ਜੀ ਜੀ ਬਾੜਾ ਸ਼ਾਲਾਂ ਤੇ ਉਹ ਪੈਸੇ ਤਾਂ ਨਹੀਂ ਪਾ ਲੈ ਨਹੀਂ ਨਹੀਂ ਪਾ ਜੀ ਗਾਂ ਦੇ ਗਾਂ ਤੇ ਪੈਸੇ ਮੰਗਦੇ ਅੱਛੀ ਗਾਂ ਹੈ ਮਰਵਾ ਜਾ ਇਹ 270 ਦੇ ਵਿੱਚ ਕੋਈ ਭਰਾ ਚੱਲ ਕੇ ਆਏ ਕੋਈ ਮੁਹੱਬਤ ਪਿਆਰ ਖਸੂਸੀ ਮੁਹੱਬਤ ਪਿਆਰ ਦਾ ਅੱਗੇ ਹੀ ਬਹੁਤ ਖਸੂਸੀ ਕੀਤੀ ਹੋਤਿਆਂ ਦਾ ਮਜ਼ੀਦ ਤੇ 19 ਵੀ ਹੋਏਗੀ ਇਹ ਫਾਈਨਲ ਏ ਫਾਈਨਲ ਹੀ ਐਸਾ ਕੀਤੀ ਆ ਨੇਗੇ ਤੁਸੀਂ ਤਾਂ ਫਾਈਨਲ ਹੀ ਕਰਦੇ ਪੈ ਜੀ ਅਸੀਂ ਜਿਹੜੀ ਰਿਕੁਐਸਟ ਕਰ ਰਹੇ ਹਾਂ ਥੋੜਾ ਬੋਧਾ ਪਿਆਰ ਮੌਜੂਦ ਹੋ ਜਾ ਲੈਂਦਾ ਸੌਦਾ ਵੀ ਬੰਦਾ ਹੋ ਜਾ ਤਾਂ ਵੀ ਬੰਦਾ ਅਗਲੇ ਨੂੰ ਆਉਂਦਾ ਚਾਹ ਪਾਣੀ ਛੱਡ ਦੇ ਹੋ ਜਾਏਗਾ ਹਾਂਜੀ ਠੀਕ ਹੋ ਐ ਜਨਾਬ ਗਾਂ ਨੰਬਰ 2 ਹੈਗੀ ਹੈ ਜਰਸੀ ਤੇ ਫਰੀਜ਼ਨ ਦਾ ਕਰਾਸ ਹੈ ਦੂਸਰਾ ਸੁਆ ਸੁਈਏ ਭਾਈ ਜੀ ਇਹਦੀ ਵੀ ਜਰਾ ਮੈਨੂੰ ਡਿਟੇਲ ਦੇ ਦਿਓ ਫਿਰ ਤੁਸੀਂ ਇੰਟੋਰ ਕੇ ਵਿਖਾਇਆ ਜੇ ਇਹ ਗਾਂ ਆਪਣੀ ਕਿੰਨਾ ਵਾ ਸੁਆ ਸੁਈਏ ਤੇ ਕਿੰਨੇ ਦਿਨਾਂ ਦੀ ਸੁਈਏ ਤੀਸਰਾ ਸੁਆ ਸੁਈਏ ਤੀਸਰਾ ਸੁਆ ਹਾਂਜੀ ਅੱਛਾ ਕਿੰਨੇ ਦਿਨ ਹੋ ਗਿਆ ਸੁਈਏ ਇਹ ਕੱਲ ਸੁਈ ਹੈਗੀ ਕੱਲ ਇਸ ਟਾਈਮ ਹੈ ਅੱਛਾ ਜੀ ਕੱਲ ਰਾਤ ਨੂੰ ਸੁਈਏ ਹਾਂਜੀ ਸੁਆ ਤੀਸਰਾ ਸੁਈਏ ਹਾਂਜੀ ਅਸੀਂ ਦੂਸਰਾ ਦੱਸ ਰਹੇ ਹਾਂ ਤੁਸੀਂ ਸਾਨੂੰ ਦੱਸ ਤੀਸਰਾ ਸੁਈਏ ਤੀਸਰਾ ਸੁਆ ਸੁਈਏ ਅਸੀਂ ਕਿਹਾ ਅੱਲਾ ਮਾਫੀ ਦੇ ਕਿੰਨਾ ਦੁੱਧ ਦੇ ਹਾਜ਼ਰ ਟਾਈਮ ਇਹਦੇ ਕੋਲੇ ਜਨਾਬ ਜਿਹੜਾ 16 ਆ ਜਾਂ ਦੂਸਰਾ ਅਸੀਂ ਬ 16 ਕਿਲੋ ਬੱਚੇ ਨੂੰ ਛੱਡ ਕੇ ਯਾ ਸਰ ਪਿੱਛੇ ਵੱਛਾ ਹੈ ਹਾਂਜੀ ਪਿੱਛੇ ਵੱਛਾ ਗਿਆ ਖੜਾ ਤਾਂ 16 ਕਿਲੋ ਵੱਛੇ ਨੂੰ ਛੱਡ ਕੇ 22 ਕਿਲੋ ਇਨਸ਼ਾਅੱਲਾ ਕਰੇਗੀ ਸਕੂਨ ਨਾਲ ਅੱਛਾ ਠੀਕ ਹੋ ਗਿਆ ਹਾਂਜੀ ਹਾਜ਼ਰ ਟਾਈਮ 16 ਕਿਲੋ ਚਾ ਸਕਦੇ ਹੋ ਇਹ ਦੇਖੋ ਕਮਲੇ ਜੀ ਦੇ ਲਓ ਜੀ ਦੋਸਤੋ ਇਹ ਗਾਂ ਨੰਬਰ 2 ਦਾ ਬੱਚਾ ਹੈ ਗਿਆ ਪਿੱਛੇ ਵੱਛਾ ਹੈ ਅੱਛਾ 16 ਕਿਲੋ ਹਾਂਜੀ 16 ਕਿਲੋ ਵੱਛੇ ਨੂੰ ਛੱਡ ਕੇ ਕਿੰਨੇ ਪੈਸੇ ਨੇ ਮੁਹੱਬਤ ਪਿਆਰ ਇਹਦਾ ਮੁਹੱਬਤ ਪਿਆਰ ਕਰਕੇ ਜੀ 235000 ਰੁਪਏ ਫਾਈਨਲ ਹੈ ਜੀ ਮੁਹੱਬਤ ਪਿਆਰ ਕਰਕੇ 235000 ਰੁਪਏ ਇਹਦਾ ਫਾਈਨਲ ਹਾਂਜੀ ਇਹਦੇ ਵਿੱਚ 19 ਵੀ ਮੁਹੱਬਤ ਹੈ 19 ਵੀ ਅੱਗੇ ਹੀ ਬੜੀ ਕੀਤੀ ਹੁੰਦੇ ਆ ਜੀ ਵੈਸੇ ਕਿੱਥੇ ਮੁਹੱਬਤ ਕੀਤੀ ਯਾਰ ਐਵੇਂ ਨਵਾਜ਼ ਸ਼ਰੀਰ ਤਰ੍ਹਾਂ ਜੱਫੀ ਮਾਰੀ ਇਹਨਾਂ ਕੋ ਖਸੂਸੀ ਮੁਹੱਬਤ ਚਲੋ 5000 ਛੱਡ ਦਿਆਂਗੇ ਠੀਕ ਹੋ ਗਿਆ ਜਨਾਬ 39 ਕੈਮਰਾਮੈਨ ਸਾਹਿਬ ਜ਼ਰਾ ਤਸल्ली ਨਾਲ ਜਾਨਵਰ ਦਿਖਾ ਦਿਓ ਤੁਸੀਂ ਭਾਈ ਜੀ ਨੂੰ ਖੋਲ ਕੇ ਜ਼ਰਾ ਟੋਰ ਕੇ ਦਿਖਾ ਦਿਓ ਦੇਖੋ ਜੀ ਤਸੱਲੀਆ ਕਰੋ ਜੀ ਲਓ ਜੀ ਦੋਸਤੋ ਗਾਣਾ ਨੰਬਰ 2 ਜਿਹੜੀ ਕੈਮਰੇ ਦੀ ਨਜ਼ਰ ਹੈ ਮੇਰਾ ਕੈਮਰਾਮੈਨ ਤਸਲੀਆਂ ਕਰਵਾ ਰਿਹਾ ਹੈ ਦੂਸਰਾ ਸੁਆ ਸੂਈਏ ਗਾਂ ਸੌਰੀ ਤੀਸਰਾ ਸੁਆ ਸੂਈਏ ਗਾਂ ਨੰਬਰ 2 ਅੱਜ ਦੂਸਰਾ ਦਿਨ ਹੈ ਸੂਈ ਨੂੰ ਪਿੱਛੇ ਵਛਾ ਹੈਗਾ 16 ਲੀਟਰ ਦੁੱਧ ਦੋ ਟਾਈਮ ਦਾ ਬੱਚੇ ਨੂੰ ਛੱਡ ਕੇ ਆਪਣੇ ਵੀਰਾਂ ਨੂੰ ਗਾਰੰਟੀ ਨਾਲ ਚੁਆ ਸਕਨੇ ਆ 235000 ਰੁਪਿਆ ਇਸ ਗਾਂ ਦੀ ਡਿਮਾਂਡ ਕੀਤੀ ਹੈ पांच हज़ार रुपया भाई यार ने छता है दो तीन फाइनल देनी है अगर किसे दोस्त दो वीर ने यह दोनों जानवर खरीदने साबता नंबर जीरो तीन सौ ग्यारह पैंठ पंद्रह एक सौ बत्ती जीरो तीन सौ या पैंठ पंद्रह एक सौ बत्ती इस नंबर त वटसअप बनी है दोस्तों अगर तू अली वीडियो पसंद आए वीडियो में लाइक तो शेयर जरूर करना जिंदगी रही तो मिला एक नई वीडियो के अपने मेजबान फैसल इजाजत